ਗੁਰੂ ਅਰਜਨ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸਭਨਾਂ ਨੂੰ ਬਹੁਤ ਬਹੁਤ ਵਧਾਈਆਂ। ਗੁਰਦੁਆਰਾ ਸੰਤੋਖ ਸਾਹਿਬ ਵਿਖੇ ਪਰਮਾਤਮਾ ਦੇ ਚਰਨਾਂ ਚ ਹਾਜ਼ਰੀ ਦਵਾ ਕੇ ਸਭਨਾਂ ਲਈ ਅਰਦਾਸ ਕਰਦੇ ਜਿੱਥੇ ਕਿ ਪਰਮਾਤਮਾ ਸਭਨਾਂ ਦੀਆਂ ਜ਼ਿੰਦਗੀਆਂ ਦੇ ਵਿੱਚ ਖੁਸ਼ੀਆਂ ਖੇੜੇ ਲੈ ਕੇ ਆਵੇ ਔਰ ਸਭਨਾਂ ਤੇ ਮਿਹਰ ਭਰਿਆ ਹੱਥ ਰੱਖੇ। ਗੁਰੂ ਅਰਜਨ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸਭਨਾਂ ਨੂੰ ਬਹੁਤ ਬਹੁਤ ਵਧਾਈ। ਬਹੁਤ ਆਨੰਦਮਈ ਦਿਨ ਜੀ ਅੱਜ, ਬਹੁਤ ਸ਼ੁਕਰਾਨਾ ਗੁਰੂ ਮਹਾਰਾਜ ਦਾ ਸਾਨੂੰ ਅੱਜ ਇਹ ਇਸ ਦਿਨ ਤੇ ਦਰਸ਼ਨ ਹੋਏ ਗੁਰੂ ਮਹਾਰਾਜ ਦੇ। ਅਸੀਂ ਜੀ ਲੁਧਿਆਣੇ ਤੋਂ ਆਏ ਹਾਂ। ਨਹੀਂ ਜੀ, ਇਹ ਗੁਰੂ ਮਹਾਰਾਜ ਦੀ ਕਿਰਪਾ ਸੀ, ਅਚਾਨਕ ਹੀ ਹੋ ਗਿਆ ਜੀ। ਬਿਆਨ ਤੋਂ ਬਰੇ ਜੀ, ਬਿਆਨ ਨਹੀਂ ਕੀਤਾ ਜਾ ਸਕਦਾ। ਗੁਰੂ ਮਹਾਰਾਜ ਦਰਸ਼ਨ ਅਤੇ ਨਜ਼ਾਰਾ, ਜੋ ਲੋਕ ਨਜ਼ਾਰਾ ਸੀਗਾ, ਬਹੁਤ ਆਨੰਦਮਈ ਨਜ਼ਾਰਾ ਸੀਗਾ। ਮਹਾਰਾਜ ਸਕੂਨ ਤਾਂ ਮੈਂ ਕਹਿੰਦਾ ਆਨੰਦ ਹੀ ਆਨੰਦ ਹੈ, ਬੜਾ ਬਿਆਨ ਮੈਂ ਕਰ ਨਹੀਂ ਸਕਦਾ। ਮੇਰੀ ਇੱਕ ਨਾ ਸੋਚ ਹੈਗੀ ਹੈ, ਸੋਚ ਇਹ ਹੈ ਆਪਾਂ ਜਿੰਨਾ ਸ਼ੁਕਰਾਨਾ ਕਰ ਲਈਏ ਵਾਹਿਗੁਰੂ ਜੀ ਨਾ, ਬਹੁਤ ਥੋੜ੍ਹਾ ਹੈ। ਹਰ ਸਵਾਦ ਮੈਂ ਸ਼ੁਕਰਾਨਾ ਕਰਦੇ ਰਹੋ। ਮੇਰੀ ਇੱਕ ਆਦਤ ਹੈ, ਮੇਰੀ ਸ਼ੋਪ ਹੈ ਡਿਸਪੋਜ਼ੇਬਲ ਦੀ, ਮੈਂ ਆਪਣੇ ਕਸਟਮਰ ਆਉਂਦੇ ਹੈ ਨਾ, ਉਹਨਾਂ ਪੁੱਛਦਾ ਹੁੰਦਾ, ਆਪਾਂ ਦਿਨੇ ਪਾਠ ਇੱਕ ਵਾਰ ਨਹੀਂ ਕਰ ਪਾਉਂਦੇ ਹੈ ਨਾ, ਅਤੇ ਆਪਾਂ ਇੱਕ ਡੇਲੀ ਪਾਠ ਕਰ ਸਕਦੇ ਹਾਂ ਕਿਸ ਤਰੀਕੇ ਨਾਲ, ਕਿਸ ਤਰ੍ਹਾਂ ਜੋ ਆਪਾਂ ਬੰਦੇ ਕਿੰਨੇ ਦਿਨੇ ਮਿਲਦੇ ਨੇ। ਹਾਂਜੀ ਵੀਰ ਜੀ, ਕੀ ਹਾਲ ਚਾਲ ਹੈ? ਠੀਕ ਹੈ, ਕਦੀ ਫੋਨ ਆਉਂਦਾ, ਹਾਂਜੀ ਵੀਰ ਜੀ ਕੀ ਹਾਲ ਚਾਲ ਹੈ ਫੋਨ 'ਤੇ, ਠੀਕ ਹੈ, ਸਾਡਾ ਜਵਾਬ ਕੀ ਹੁੰਦਾ? ਬਹੁਤਾ ਵਧੀਆ ਜੀ, ਠੀਕ ਹੈ ਜੀ। ਮੈਂ ਕਹਿੰਦਾ ਆਪਾਂ ਚੇਂਜ ਕਰ ਦਈਏ, ਆਪਾਂ ਕਰਨਾ ਕੀ, ਕੁਛ ਨਹੀਂ ਕਰਨਾ। ਸਾਨੂੰ ਬੰਦੇ ਨੇ ਪੁੱਛਿਆ ਕੀ ਹਾਲ ਚਾਲ ਹੈ ਜੀ, ਆਪਾਂ ਕਹਿੰਦਾ ਵਾਹਿਗੁਰੂ ਦਾ ਸ਼ੁਕਰ ਹੈ ਜੀ, ਹੈ ਨਾ। ਸਾਨੂੰ ਦਿਨੇ ਕਿੰਨੇ ਬੰਦੇ ਮਿਲੇ, ਜੋ ਸ਼ੁਕਰਾਨਾ ਕਰਾਂਗੇ ਨਾ, ਉਹ ਦੇਖਿਓ ਆਟੋਮੈਟਿਕ ਤੁਹਾਡੀਆਂ ਗੱਲਾਂ ਚਿਹਰਾ ਖਿੜੇਗਾ ਇਹ, ਹੈ ਨਾ। ਤੁਹਾਨੂੰ ਆਨੰਦ ਆਏਗਾ, ਸਕੂਨ ਮਿਲੇਗਾ ਅੰਦਰ, ਇਸ ਤਰ੍ਹਾਂ ਫੋਨ ਆਉਂਦਾ ਤੁਹਾਨੂੰ। ਹੋਰ ਵੀਰ ਜੀ, ਭਾਵੇਂ ਕੋਈ ਝੂਠਾ ਭਾਵੇਂ ਸੱਚਾ ਹੀ ਪੁੱਛੇ, ਹੈ ਨਾ, ਹਾਲ ਚਾਲ ਹੈ? ਹਾਂਜੀ ਵੀਰ ਜੀ, ਕੀ ਹਾਲ ਚਾਲ ਹੈ, ਹੈ ਨਾ। ਅਤੇ ਆਪਾਂ ਜਵਾਬ ਇਹੀ ਹੋਵੇ, ਵਾਹਿਗੁਰੂ ਜੀ ਦਾ ਸ਼ੁਕਰ ਹੈ ਜੀ। ਵਾਕਿਆ ਰੀਅਲਟੀ ਸ਼ੁਕਰਾਨਾ ਕਰੀਏ ਨਾ, ਮੈਨੂੰ ਬਹੁਤ ਕੁਛ ਮਿਲਿਆ ਵਾਹਿਗੁਰੂ ਦਾ ਸ਼ੁਕਰਾਨੇ ਕਰਨ ਨਾਲ ਹੀ। ਇੱਕ